प्यो वालों पुत नूं जायदाद चों बेदखल करन ते पुत ने कीती प्यो दी कुटमार। पुलिस ने भी नहीं कीती कोई कार्रवाई। पुराने बजुर्ग अक्सर कहिंदे हन कि प्यो पुत दा रिश्ता इक पवित्र रिश्ता है अते इस रिश्ते दी कदर करना साडा मुढ़ला फर्ज है। परंतु अज जो घटना सी तुहानूं दसन जा रहे हां इस विच इक पुत्तर ने अपने प्यो दी कुटमार करके इस रिश्ते नूं तार तार कर दिता है। दरअसल पुत वालों प्यो दी कुटमार दा मामला पिंड ईना बाजवा तहसील धुरी जिला संगरूर तों सामने आया है, जिथों के वासी लक्ष्मण सिंह ने पत्रकारों को जानकारी देंदिया कहा कि उसके लड़के रुपिंदर सिंह ने परिवार के खिलाफ जाके कोर्ट मैरिज करवाई सी। व्याह तो कुछ दिन बाद ही रुपिंदर सिंह ने अपने बाप को जमीन और पैसे मंगने शुरू कर दिए। जो लक्ष्मण सिंह ने अपने पुत्र रुपिंदर सिंह पैसे देने तो इनकार किया तो उसके पुत्र ने अपने प्यो की बुरी तरह कुटमार की। लक्ष्मण सिंह ने यह भी दसिया कि उसने अपने पुत्र रुपिंदर सिंह और उसकी पत्नी किरणजीत कौर को अपनी चल अचल जायदाद चो बेदखल कर दिता सी। इस तो बाद रुपिंदर सिंह ने अपने सहुरे घर बरनाले रहना शुरू कर दिता, पर कुछ दिनों बाद ही रुपिंदर सिंह ने एक बार फिर घर में दाखिल हो के अपने घर की बुरी तरह भनतोड़ की। उधर जब इस मामले संबंधी पत्रकारों ने दूजी धिर नाल गलबात की तो उन्होंने अपने ते लगे सारे दोषों को सिरे तो नकार दिता। इस मौके पीड़ित लक्ष्मण सिंह ने पुलिस के उच्च अधिकारियों पासों इंसाफ की मांग की है। ਅੱਜ ਉਹ ਆਪਣੇ ਆਪ ਘਰੇ ਆ ਵੜਿਆ ਤੁਹਾਡੇ? ਹਾਂਜੀ ਹਾਂਜੀ। ਕੀ ਤੁਸੀਂ ਉਹਨੂੰ ਬੁਲਾਇਆ ਜਾਂ ਉਹ ਆਪਦੇ ਆਪ ਧਮਕੀ ਦੇ ਕੇ ਆਇਆ? ਮੈਨੂੰ ਘਰੋਂ ਕੱਢੋ ਮੈਂ ਆਵਾਂ। ਅੱਛਾ ਜੀ, ਧਮਕੀ ਦਿੱਤੀ? ਧਮਕੀ ਦੇ ਕੇ ਘਰੋਂ ਕੱਢੋ? ਸੁਣਨਾ ਕੁੱਟਮਾਰ ਵੀ ਕਰਦਾ? ਕੁੱਟਮਾਰ ਅੱਗੇ ਵੀ ਕਰਦਾ, ਹੁਣ ਵੀ ਕਰਦਾ, ਤੁਹਾਡੇ ਸਾਹਮਣੇ ਹੋ ਰਹੀ ਹੈ। ਅੱਛਾ ਜੀ, ਪਹਿਲਾਂ 13 ਤਰੀਕ ਨੂੰ ਕਦੀ, ਫਿਰ 17 ਨੂੰ ਕਦੀ, ਅੱਜ ਤੀਜਾ ਹਲਾ। ਕੋਈ ਪੰਚਾਇਤ ਦਾ ਪਹਿਲਾਂ ਫੈਸਲਾ ਹੋਇਆ ਵੀ ਉਹਨੂੰ ਜ਼ਮੀਨ ਜਾਦ ਹੀ ਦੇ ਦਾਂਗੇ ਜਾਂ ਜ਼ਮੀਨ ਇੱਦਾਂ ਦੇ ਦਾਂਗੇ ਜਾਂ ਕੋਈ ਗੱਲਬਾਤ ਹੋਈ ਹੈ? ਕੋਈ ਗੱਲਬਾਤ ਨਹੀਂ ਹੋਈ, ਤੁਸੀਂ ਦੇਣ ਦਾ ਇੱਛਾ ਜ਼ਮੀਨ, ਕੋਈ ਗੱਲਬਾਤ ਕੋਈ ਨਹੀਂ? ਕੋਈ ਗੱਲਬਾਤ ਨਹੀਂ, ਮਤਲਬ ਤੁਸੀਂ ਬੇਦਖਲ ਲਿਖਾ ਚੁੱਕੇ ਹੋ? ਕਰਾ ਦਿੱਤਾ। ਅੱਛਾ, ਹੁਣ ਤੁਸੀਂ ਪੁਲਿਸ ਦੇ ਵਿੱਚ ਥਾਣੇ ਦੇ ਵਿੱਚ ਕਿੰਨੇ ਵਾਰ ਫੋਨ ਕਰ ਚੁੱਕੇ ਹੋ? ਹੁਣ 2 ਤੋਂ ਮੈਂ ਤਾਂ ਅੱਜ ਕਰਤਾ ਜੀ, ਪਹਿਲਾਂ 13 ਤਰੀਕ ਨੂੰ ਕਰਿਆ, 17 ਨੂੰ ਕਰਿਆ। ਵੀ ਪੁਲਿਸ ਪ੍ਰਸ਼ਾਸਨ ਸੁਣਦਾ ਤੁਹਾਡੀ? ਕਹਿੰਦੇ ਆ ਜਾਂਦੇ ਫਿਰ ਮਸਲਾ ਦੱਸੋ, ਪਹਿਲਾਂ ਵੀ ਕਰਤਾ, ਕਰ ਹਟੇ 3-2-3 ਵਜੇ ਤੋਂ ਵੀ ਕਰਦੇ ਹਾਂ। ਅੱਛਾ, ਪੁਲਿਸ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਿਹਾ ਤੁਹਾਡਾ? ਠੀਕ ਹੈ, ਜੇ ਲੜਾਈ ਝਗੜਾ ਹੋ ਫਿਰ ਆਵਾਂਗੇ। ਅੱਛਾ, ਲੜਾਈ ਝਗੜਾ, ਠੀਕ ਹੈ ਜੀ। ਉਸ ਤੋਂ ਬਾਅਦ ਹੋਇਆ ਰੋਕ ਇਹਨਾਂ ਦੀ, ਇਹ ਨਾਲ ਗਿਆ ਜੀ ਪਰਿਵਾਰ। ਇਹ ਹੁਣ ਆਪ ਦੇ ਆਪ ਕੁੜੀ ਇਹ ਘਰੇ ਆਈ ਆ, ਕੋਈ ਇਹ ਆਪ ਨਹੀਂ ਲੈ ਕੇ ਆਏ ਹੈਗੇ। ਕੀ ਇਹਨਾਂ ਦੇ ਮਾਂ ਬਾਪ ਨੇ ਬੇਦਖਲ ਆਏ? ਬੇਦਖਲ ਕਰਾਇਆ ਜੀ, ਅਖਬਾਰ 'ਚ ਫੋਟੋ ਲੱਗੀ ਵੀ ਆ ਜੀ, ਸਾਰਾ ਕੁਛ ਹੋਇਆ ਵਾ। ਅੱਛਾ ਹਾਂਜੀ, ਖਬਰ ਲੱਗੀ ਵੀ ਹੈ। ਅੱਛਾ ਹਾਂ, ਅੱਜ ਤੁਸੀਂ ਦੇਖ ਹੀ ਲਿਆ ਜਿਹੜਾ ਜਿੰਦੇ ਤੋੜਦਾ, ਗਾਲਾਂ ਕੱਢਦਾ, ਆਪਦੇ ਮਾਂ ਪਿਓ ਦੇ ਮਾਰਦਾ ਲੱਪੜ। ਸ਼ੇਰਪੁਰ ਤੋਂ ਕੈਮਰਾਮੈਨ ਅਬਦੁਲ ਗਫਾਰ ਨਾਲ ਪੱਤਰਕਾਰ ਰਵੀ ਟਿੱਬਾ ਦੀ ਵਿਸ਼ੇਸ਼ ਰਿਪੋਰਟ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।